ਵਾਲੇਕਮ ਜੀ ਮੇਰੇ ਪਿਆਰੇ ਭੈਣ ਭਰਾਵੋ, ਉਮੀਦ ਹੈ ਕਿ ਤੁਸੀਂ ਖੈਰੀਅਤ ਨਾਲ ਹੋਵੋਗੇ। ਮੈਂ ਤੁਹਾਡੀ ਭੈਣ ਸਾਧਿਆ, ਆਓ ਆਟਾ ਵਲੌਗ ਸ਼ੁਰੂ ਕਰਦੇ ਹਾਂ। ਉਮੀਦ ਹੈ ਕਿ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਏਗਾ। ਦੇਖੋ ਅੱਜ ਮਾਸ਼ਾਅੱਲਾ ਮੌਸਮ ਬੜਾ ਪਿਆਰਾ, ਸੁਬਹਾ ਅੱਜ ਬਾਰਿਸ਼ ਆਈ ਹੈ, ਪਰ ਹੁਣ ਸ਼ੁਕਰ ਆ ਕਿ ਲੋਕਲ ਗਿਆ, ਕਿਉਂਕਿ ਅੱਜ ਭਾਈ ਸ਼ਾਮੀ ਲੱਗ ਜਾਂਦਾ ਸੀ 2 ਵਜੇ, ਉਹਨਾਂ ਦਾ ਪ੍ਰੇਸ਼ਨ ਸੀਗਾ ਇਸੇ ਲਈ। ਤੇ ਹੁਣ ਚਾਰ ਪਾਈਆਂ ਬਾਹਰ ਕੱਢਦੇ ਹਾਂ, ਮੈਨੂੰ ਹੁਣ ਨਹੀਂ ਲੱਗਦਾ ਕਿਉਂਕਿ ਬਦਲ ਚਲਾ ਗਿਆ, ਬਾਰਿਸ਼ ਨਹੀਂ ਆਏਗੀ। ਤੇ ਤੁਸੀਂ ਦੁਆ ਵੀ ਕਰਿਓ ਵੀ ਅੱਲਾ ਮੈਨੂੰ ਤੰਦਰੁਸਤੀ ਦੇ, ਆਮੀਨ। ਤੇ ਹੁਣ ਆਓ ਆਪਾਂ ਮੰਜੇ ਕੱਢਦੇ ਹਾਂ। ਚਾਰ ਪਾਈ ਬਾਹਰ ਕੱਢ ਦੇ, ਕਮਰ ਦਾ ਮਸਲਾ ਹੈਗਾ ਥੋੜਾ ਜਿਹਾ, ਚਾਰ ਪਾਈਆਂ ਵਗੈਰਾ ਨਹੀਂ ਹੈ ਚੌਥਾ ਵੀ, ਇਸੇ ਲਈ ਹੁਣ ਫਿਰ ਮੈਂ ਖੁਦ ਹੀ ਕਰਾਂਗੀ। ਬਾਹਰ ਰੱਖਦੇ ਹਾਂ, ਫਿਲਹਾਲ ਲੋੜ ਤੇ ਨਹੀਂ ਹੈ, ਪਰ ਫਿਰ ਵੀ ਰੱਖ ਦਿੰਦੇ ਹਾਂ। ਨਾਨੀ ਕਹਿੰਦੇ ਮੇਰੀਆਂ ਵਾਰੀਆਂ ਪਾ ਦੋ, ਮੈਂ ਕਿਹਾ ਚਲੋ ਝਾੜੂ ਪਾਚੂ ਲਗਾਉਣੇ, ਪਹਿਲੇ ਨਾਨੀ ਦੇ ਵਾਰੀਆਂ ਪਾ ਦਿੰਦੇ ਹਾਂ। ਨੀਊ ਲੈ ਕੇ ਆਈ ਸੀ ਤੇ ਮੈਂ ਫਿਰ ਹੁਣੇ ਪਾ ਦਿੰਦੀ ਹਾਂ। ਚਲੋ ਵਾਰੀਆਂ ਪੈ ਗਈਆਂ, ਹੁਣ ਝਾੜੂ ਮਾਰਦੇ ਹਾਂ ਆਪਾਂ। ਵਿਸ਼ਾਲ ਸੌ ਗਏ ਨੇ, ਬਿਸਮਿਲਾ ਨੂੰ ਦੇਖਣ ਦੇ ਨੇ, ਵਿਸ਼ਾਲ ਸੌ ਗਿਆ। ਵਿਸ਼ਾਲ ਦਾ ਰੂਮ ਸਾਹਮਣੇ ਏਸੀ ਲੱਗਾ ਹੋਇਆ ਵਾ, ਹੁਣ ਆਪਾਂ ਫਿਰ ਆਪਦਾ ਕੰਮ ਕਰਦੇ ਹਾਂ। ਵਿਸ਼ਾਲ ਦਾ ਝੂਲਾ ਸਾਹਮਣੇ, ਵਿਸ਼ਾਲ ਫਿਰ ਜਿੱਥੇ ਤੰਗ ਵਗੈਰਾ ਕਰੇ ਫਿਰ ਝੂਲੇ 'ਚ ਪਾ ਲਈਦਾ, ਉਹ ਖੇਡਦੀ ਰਹਿੰਦੀ ਆ। ਅਗਰ ਮੇਰੀ ਵੀਡੀਓ ਅੱਛੀ ਲੱਗੀ ਹੈ ਲਾਈਕ ਕਰੋ, ਸਬਸਕ੍ਰਾਈਬ ਕਰੋ, ਫੋਲੋ ਕਰੋ, ਤਾਂ ਕਿ ਅਗਲੀ ਵੀਡੀਓ ਦੇ ਨੋਟੀਫਿਕੇਸ਼ਨ ਬਹੁਤ ਆਸਾਨੀ ਨਾਲ ਮੇਰੇ ਪਿਆਰੇ ਭੈਣ ਭਰਾਵਾਂ ਤੱਕ ਪਹੁੰਚ ਸਕੇ। ਮੈਂ ਤੁਹਾਡੀ ਭੈਣ ਸ਼ਾਦੀਆ, ਮਿਲਾਂਗੇ ਅਗਲੀ ਵੀਡੀਓ 'ਚ। ਲਾਸਟ